नमस्कार, सत श्री अकाल, आदाब दोस्तों। मैं तुहाडा अपना दीपक बोहत। जिस तरह कि तुसी देख ही रहे हो कि अज DAP फिल्म्स वालों एक्टिंग टिप्स देने वास्ते एक क्लास जिहड़ी है वह असी लगाई हुई है। ये जिहड़े बच्चे सामने बैठे ने, बच्चे भी ने, बुढ़े भी ने, जवान ही ने, क्योंकि एक टीचर वास्ते तो सारे बच्चे ही ने। तो असी इन्हों एक्टिंग टिप्स जिहड़ी है असी देन जा रहे हैं कि बच्चों तुसी ये एक्टिंग टिप्स जिहड़ी है वह सीखना चाह रहे हो? हाँ जी सर। ठीक है, तो मैं तुहानू कुछ एक्टिंग दे जिहड़े टिप्स ने वह मैं दूंगा। अच्छा दोस्तों, अज मैं तुहानू दसांगा कि एक्टिंग दे विच किन्ने रस हुंदे ने। इत्थे क्लास दे विच किसे नू पता किन्ने रस हुंदे ने? किन्ने? 9 रस। सो जिस तरह के मेरे बच्चे कुछ दस भी रहे ने कि एक्टिंग दे विच 9 रस हुंदे ने। वह रस किहड़े-किहड़े ने? शिंगार, हास्या, करुण, रोदर, वीर, भयानक, बीभत्स, अद्भुत। ए अद्भुत तक किन्ने रस होए? 8। ठीक है, नौवां रस केड़ा वा? नौवां रस ओ आ जड़ा के इन्हां अठां रसां दे विच रसिया होया वा। फॉर एग्जाम्पल कि मैं तुहाडे नाल गल कर रहा, तुसीं मेरी गल सुन रहे हो, मेरे नाल गल कर रहे हो, मैं तुहाडी गल सुन रहा, ये भी एक रस आ। फॉर सिंपल एक फंडामेंट तुहानू सब नू दसा कि एक्टिंग जिहड़ी आ हर बंदा अपने घर एक्टिंग करदा। वह रोंदा भी है, हसदा भी है, खेडदा भी है, सब कुछ करदा। पर फिल्म की जिहड़ी एक्टिंग आ जब तक उन्हें नहीं दसा जाता भी आपां फिल्म जिस तरह करना उस तरह करना वा, वह शायद इस करके थोड़ा झिझक हुंदा वा। नहीं तो हर बंदा एक्टर आ अपने आप दे विच, हर बंदा एक्टिंग करदा वा। बट लेकिन कैमरे के अगे जाके एक्टिंग करना वो थोड़ा डिफरेंट आ, बहुत उहदे लई नॉलेज की मतलब जरूरत पैंदी आ। सो उही नॉलेज जिहड़ी आ अज मैं तुहानू दसांगा कि एक्टिंग दे विच 9 रस हुंदे ने। सो दोस्तों, मैं सब तो पहला गल करा शिंगार रस की। ਕਿਹੜਾ ਰਸ? ਸ਼ਿੰਗਾਰ ਰਸ। ਇਹ ਸਭ ਤੋਂ ਪਹਿਲਾਂ ਜਿਹੜਾ ਰਸ ਸਾਡਾ ਸ਼ਿੰਗਾਰ ਰਸ ਜੀ। ਸ਼ਿੰਗਾਰ ਰਸ ਜਿਹੜਾ ਵਾ ਸਭ ਨੂੰ, ਸ਼ਿੰਗਾਰ ਦਾ ਮਤਲਬ ਪਤਾ ਸਭ ਨੂੰ ਕੀ ਆ? ਸ਼ਿੰਗਾਰ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਸਵਾਰਨਾ, ਮੇਕਅਪ ਕਰਨਾ, ਰਾਈਟ। ਆਪਾਂ ਮੇਕਅਪ ਕਰਦੇ ਹਾਂ ਕਦ ਲਈ ਕਰਦੇ ਹਾਂ? ਕਿ ਅਸੀਂ ਖੂਬਸੂਰਤ ਲੱਗੀਏ, ਲੋਕ ਸਾਨੂੰ ਖੂਬਸੂਰਤ ਕਹਿਣ, ਸਾਨੂੰ ਪਸੰਦ ਕਰਨ, ਅਸੀਂ ਆਪਣਾ ਲੁਭਾਵਣਾ ਜਿਹੜਾ ਚਿਹਰਾ ਬਣਾਉਂਦੇ ਹਾਂ ਲੋਕਾਂ ਨੂੰ ਵਧੀਆ ਦਿਖਾਉਣ ਦੇ ਵਾਸਤੇ, ਠੀਕ ਹੈ। ਪਰ ਇਹ ਰਸ ਜਿੱਥੇ ਆਪਣਾ ਆਪਣੇ ਆਪ ਨੂੰ ਲੁਭਾਉਣ ਵਾਸਤੇ ਮੇਕਅਪ ਜਿਹੜਾ ਕਰਕੇ ਅਸੀਂ ਇਸ ਰਸ ਨੂੰ ਕੰਪਲੀਟ ਕਰਦੇ ਹਾਂ, ਇਸੇ ਰਸ ਦੇ ਵਿੱਚ ਮਾੜੀ ਮੋਟੀ ਕਮੇਡੀ ਵੀ ਆ ਜਾਂਦੀ ਆ। ਕਿ ਜਿਸ ਤਰ੍ਹਾਂ ਕਿ ਜੋਕਰ ਜਿਹੜਾ ਵਾ, ਜੋਕਰ ਸਮਝਦੇ? ਜੋਕਰ ਸਰਕਸ ਦੇ ਵਿੱਚ ਆਮ ਤੌਰ 'ਤੇ ਪਹਿਲਾਂ ਦਿਖਾਉਂਦੇ ਸੀ, ਹੁਣ ਬੱਚੇ ਪਤਾ ਨਹੀਂ ਦੇਖਦੇ ਆ ਕਿ ਨਹੀਂ ਦੇਖਦੇ। ਪਰ ਜਦੋਂ ਜੋਕਰ ਤਿਆਰ ਹੋ ਕੇ ਆਉਂਦਾ ਸੀ, ਮੇਕਅਪ ਕਰਕੇ ਆਉਂਦਾ ਸੀ, ਕਿਸ ਤਰ੍ਹਾਂ ਦਾ ਮੇਕਅਪ ਹੁੰਦਾ ਸੀ? ਉਲਟਾ ਸਿੱਧਾ, ਕਿਤੇ ਲਿਪਸਟਿਕ ਜ਼ਿਆਦਾ ਲਾ ਲਈ, ਕਿਤੇ ਕਰੀਮ ਜ਼ਿਆਦਾ ਲਾ ਲਈ, ਕਿਤੇ ਕੱਪੜੇ ਉਹਨੇ ਇੱਕ ਪਾਸੇ ਪਜਾਮਾ ਪਾਲਣਾ, ਇੱਕ ਪਾਸੇ ਕੱਛਾ ਪਾਲਣਾ, ਜਾਂ ਇੱਕ ਪਾਸੇ ਪੈਂਟ ਪਾਲਣੇ, ਮਤਲਬ ਦੇਖ ਕੇ ਜਿਹਨੂੰ ਹਾਸਾ ਆਵੇ। ਤਾਂ ਮੇਕਅਪ ਜਿਹੜਾ ਵਾ ਕਿਤੇ ਨਾ ਕਿਤੇ ਕਮੇਡੀ ਦੇ ਵਿੱਚ ਵੀ ਜਿਹੜਾ ਵਾ ਰੋਲ ਕਰਦਾ ਵਾ। ਪਰ ਖਾਸ ਕਰਕੇ ਜਿਹੜਾ ਰਸ ਵਾ ਸ਼ਿੰਗਾਰ ਰਸ, ਇਹ ਆਪਣੇ ਆਪ ਨੂੰ ਸੁੰਦਰ ਦਿਖਾਉਣ ਵਾਸਤੇ ਹੀ ਹੁੰਦਾ ਵਾ। ਔਰ ਸ਼ਿੰਗਾਰ ਰਸ ਦਾ ਫਿਲਮ ਇੰਡਸਟਰੀ ਦੇ ਵਿੱਚ, ਫਿਲਮ ਲਾਈਨ ਦੇ ਵਿੱਚ ਅਹਿਮ ਇੱਕ ਰੋਲ ਹੈ। ਐਮ ਆਈ ਰਾਈਟ? ਸਾਰਿਆਂ ਨੂੰ ਸਮਝ ਆ ਰਿਹਾ? ਸੋ ਦੋਸਤੋ, ਮੇਰੇ ਯੂਟਿਊਬ ਦੇ ਦੇਖਣ ਵਾਲੇ ਦਰਸ਼ਕੋ, ਮੈਂ ਇੱਕ ਇੱਕ ਰਸ ਕਰਕੇ ਮੈਂ ਤੁਹਾਨੂੰ ਡੇਲੀ ਦੱਸੂੰਗਾ, ਕਿਉਂਕਿ ਅਗਰ ਮੈਂ ਸਾਰੇ ਰਸ ਇੱਕੋ ਦਮ ਤੁਹਾਨੂੰ ਦਿਖਾਊਂਗਾ ਤਾਂ ਕਿਤੇ ਨਾ ਕਿਤੇ ਤੁਸੀਂ ਭੁੱਲ ਜਾਓਗੇ ਜਾਂ ਹੋ ਸਕਦਾ ਯਾਦ ਨਾ ਹੋਣ। ਸੋ ਦੋਸਤੋ, ਅਗਰ ਤੁਹਾਨੂੰ ਐਕਟਿੰਗ ਦਾ ਸ਼ੌਕ ਹੈ ਤਾਂ ਪਲੀਜ਼ ਤੁਸੀਂ ਇਹਨਾਂ ਰਸਾਂ ਬਾਰੇ ਜ਼ਰੂਰ ਸਾਡੀ ਆਹ ਵੀਡੀਓ ਦੇਖੋ, ਔਰ ਇਸ ਵੀਡੀਓ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਖਾਸ ਕਰਕੇ ਬੈੱਲ ਵਜਾ ਕੇ, ਤਾਂ ਕਿ ਸਾਡਾ ਚੈਨਲ ਜਿਹੜਾ ਵਾ ਉਹ ਜ਼ਿਆਦਾ ਲੋਕ ਜਿਹੜੇ ਇਹਨੂੰ ਦੇਖ ਸਕਣ। ਸੋ ਇਹ ਸੀ ਸ਼ਿੰਗਾਰ ਰਸ ਦੀ ਗੱਲ। ਅਗਲੇ ਐਪੀਸੋਡ 'ਚ ਮੈਂ ਤੁਹਾਨੂੰ ਦੱਸਾਂਗਾ ਦੂਸਰਾ ਰਸ, ਜਿਹੜਾ ਕਿ ਹਾਸਿਆ ਰਸ ਹੈ। ਬਾਕੀ ਦੋਸਤੋ, ਅਗਰ ਤੁਸੀਂ ਐਕਟਿੰਗ ਦੇ ਚਾਹਵਾਨ ਹੋ ਤਾਂ ਮੈਂ ਤਾਂ ਕਹੂੰਗਾ ਕਿ ਤੁਸੀਂ ਵੀ ਸਾਡੀ ਇਸ ਕਲਾਸ ਨੂੰ ਜੁਆਇਨ ਕਰੋ, ਐਕਟਿੰਗ ਟਿਪਸ ਲਓ, ਐਕਟਿੰਗ ਸਿੱਖੋ, ਅਤੇ ਸਾਡਾ ਆਉਣ ਵਾਲਾ ਜਿਹੜਾ ਨਵਾਂ ਸੀਰੀਅਲ ਆ ਕ੍ਰਾਈਮ ਇਜ਼ ਕ੍ਰਾਈਮ, ਉਹਦੇ ਵਿੱਚ ਪਾਰਟੀਸਪੇਟ ਕਰੋ। ਬਹੁਤ ਸਾਰਾ ਤੁਸੀਂ ਨਾਮ ਕਮਾਓ। ਬੈਸਟ ਆਫ ਲੱਕ।